ਫੇਰ ਵੀ ਖੜੇ ਰਹਿੰਦੇ ਸੀ। ਸਹੀ ਗੱਲ, ਬਾਕੀ ਸਮਾਂ ਚੰਗਾ ਸੀਗਾ, ਚਲਾਉਂਦਾ ਬਹੁਤ ਸੀ ਤੇ ਲੋਕ ਸੌਖੇ, ਹੈਂ ਸੌਖੇ ਕਰਕੇ ਪੰਜ ਪੰਜ ਰੱਖੀ ਫਿਰਦੇ। ਹੁਣ ਬਾਈ ਕੀਮਤ ਪੈਣ ਲੱਗ ਗਈ, ਹੁਣ ਅਗਲਾ ਇੱਕ ਪਾਲ ਦਾ ਬੋਕ ਦੀ ਖੁਰਾਕ ਵੀ ਹੋ ਗਈ 300-400 ਰੁਪਏ ਦਾ ਮੌਜ ਨਾ, ਜਿਹੜਾ ਵਧੀਆ ਬੋਕ ਪਾਲਣਾ। ਹਾਂ ਉਦੋਂ ਅਸੀਂ ਤੁਸੀਂ ਮੱਕੀ ਮੁੱਕੀ ਸਾਰਾ ਕੁਛ ਲੱਗ ਲੈਂਦੇ, ਘਰ ਦਾ ਹੀ ਹੋ ਜਾਂਦਾ ਤਕਰੀਬਨ। ਹਾਂ ਹੁਣ ਫਿਰ ਸਾਰਾ ਕੁਛ ਮੁੱਲ ਦਾ ਬਾਈ, ਹੁਣ ਪਾਲਣਾ ਵੀ ਔਖਾ ਹੈ ਕਿ ਨਾ ਤੇ ਦੇਣਾ ਵੀ ਔਖਾ, ਰੇਟ ਬਹੁਤ ਬਣ ਗਏ, ਰੇਟ ਬਹੁਤ ਵਧ ਗਏ। ਹੁਣ ਬਾਈ ਬਾਈ ਦੇ ਨਹੀਂ ਸੀ ਆਪਣੇ ਮੱਟੀ ਦੇ ਸ਼ੇਰਾ ਬੱਕਰਾ ਦੇਖੇ ਉਹਨਾਂ ਤੋਂ, ਸੇ ਦਾ ਹੁਣ 3.5 ਦਾ ਵੇ ਗਿਆ ਉਹ, ਹੁਣ ਕਿੱਥੇ ਮੰਗ ਮੈਂ ਕੌਣ ਦੇ ਦੂਨ, ਕੌਣ ਦੇ ਦੂਨ 3.5 ਦਾ ਕੀਮ ਹੋ ਜਾਊ ਉੱਚਾ। ਹਾਂ ਔਖਾ ਪੂਰੀ ਬੱਕਰੀ, ਅੱਛਾ ਉਦੋਂ ਆਉਂ ਸੀ ਹਾਜ਼ਮੇ ਹੀ ਬਹੁਤ ਸੀ, ਜੇ ਹੀ ਕੀਮ ਹੋ ਜਾਏ ਤੇ ਤਾਂ ਵੀ ਨਹੀਂ ਸੀ ਕੋਈ। ਹਾਂ ਵੀ ਕਿਹੜਾ ਵਿਖਾ ਦੇ ਵੀ ਆ ਪਿਆ ਭਾਈ, ਕਹਿੰਦੇ ਦਾ ਗੱਲ ਕਹਿੰਦੇ ਮਰ ਗਿਆ, ਸੁਨੇਹਾ ਹੀ ਹੁੰਦਾ, ਫੋਨ ਨਹੀਂ ਹੁੰਦਾ ਜੀ, ਮਰੇ ਦਾ ਵੀ ਮਹੀਨੇ ਦੋ ਮਹੀਨੇ ਬਾਅਦ ਪਤਾ ਲੱਗਦਾ ਵੀ ਉਹ ਤਾਂ ਮਰ ਗਿਆ ਯਾਰ, ਜਦੋਂ ਕਿਤੇ ਮਿਲਦੇ ਸੀ। ਬਾਕੀ ਟਾਈਮ ਆ ਦਰਸੇਮ ਹੈ ਕਿ ਨਾ, ਬਾਕੀ ਮੱਖਣ ਬਾਈ ਨੇ ਤਾਂ ਬਹੁਤ ਚੀਜ਼ਾਂ ਦੇਖ ਲਈਆਂ, ਬਹੁਤ ਬੜੀਆਂ ਬੱਕਰੀਆਂ, ਬਹੁਤ ਬੜੇ ਬੱਕਰੇ ਹਨਾ। ਜਾਨਵਰ ਦੀ ਅਸਲ ਮੇਰਾ ਕੁਆਲਿਟੀ ਹੈ ਰੰਗ, ਹਾਂ ਜਿਹੜੇ ਰੰਗ ਅੱਖਾਂ ਇਹ ਅੱਜ ਵਿਕਦਾ ਉਹ ਸੇਰਾ, ਹੁਣ ਜਿਹੜਾ 3.5 ਦਾ ਵਿਕਿਆ ਬਾਈ ਦਾ ਤਾਂ ਸੇਰਾ ਹੀ ਸੀ, ਮੱਟੀ ਦਾ ਵੱਖਰਾ 3.5 ਲੱਖ ਦਾ ਵਿਕਿਆ। ਹਾਂ ਬਾਕੀ ਮਹਿੰਗੇ ਹੋਰ ਵੀ ਵਿਕੇ ਨੇ, ਮੰਡੀਆਂ ਮਾਲ ਮਾੜਾ ਵੀ 75% ਚੰਗਾ, ਤੇ ਹੁਣ ਮੈਨੂੰ ਐ ਲੱਗਦਾ ਵੀ 25 ਵੀ ਨੀ ਚੰਗਾ ਲੱਗਦਾ ਵਿੱਚ ਮੰਡੀਆਂ ਚ ਦੇਣੀ ਆ ਵੀ ਮਾਲ ਦੀ ਉਹ ਕੁਆਲਿਟੀ ਨੀ ਰਹੀ। ਹਾਂ ਸਹੀ ਗੱਲ, ਬਹੁਤ ਬੜਾ ਮਾਲ ਹੈ ਜਿਹੜਾ ਨਿੰਮੇ ਨਾਲ ਸੰਪਰਕ ਕਰ ਲਿਓ ਬਾਈ, ਗੱਲ ਕਰ ਲਿਓ ਨੰਬਰ ਦੇ ਦਿਆਂਗੇ, ਠੀਕ ਹੈ ਬਾਈ।